ਫਾਜ਼ਿਲਕਾ ਸਮਾਚਾਰ ਵੈਬ ਟੀਵੀ ਦੇਖੇ ਦਰਸ਼ਕਾਂ ਦਾ ਸਵਾਗਤ ਹੈ। ਕੋਰੋਨਾ ਜਿਹੀ ਬਿਮਾਰੀ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਨੇ ਕਮਰ ਕਸੀ ਹੋਈ ਹੈ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸਰਦਾਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਫਾਜ਼ਿਲਕਾ ਵਿੱਚ ਮੁਹੱਲਿਆਂ ਅਤੇ ਪਿੰਡਾਂ ਵਿੱਚ ਕੋਰੋਨਾ ਤੋਂ ਬਚਾਉਣ ਲਈ ਆਸ਼ਾ ਵਰਕਰਾਂ ਵੱਲੋਂ ਸਰਵੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਆਸ਼ਾ ਵਰਕਰ ਕਿਰਨ ਬਾਲਾ ਨੇ ਦੱਸਿਆ ਕਿ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸਰਦਾਰ ਅਰਵਿੰਦ ਪਾਲ ਸਿੰਘ ਸੰਧੂ ਜੀ ਦੇ ਹੁਕਮਾਂ ਅਨੁਸਾਰ ਫਾਜ਼ਿਲਕਾ ਦੇ ਮੁਹੱਲਿਆਂ ਅਤੇ ਪਿੰਡਾਂ ਵਿੱਚ ਸਿਹਤ ਵਿਭਾਗ ਦੀ ਦੇਖ ਦੇਖ ਵਿੱਚ ਘਰਾਂ ਘਰਾਂ ਵਿੱਚ ਜਾ ਕੇ ਕੋਰੋਨਾ ਤੋਂ ਪੀੜਤ ਲੋਕਾਂ ਦਾ ਸਰਵੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹਨਾਂ ਨਾਲ ਆਂਗਣਵਾੜੀ ਵਰਕਰ ਵੀ ਸਹਿਯੋਗ ਦੇ ਰਹੀਆਂ ਹਨ। ਸਰਵੇ ਕਰ ਰਹੇ ਹੋ ਕਿਹੜੇ ਡਿਪਾਰਟਮੈਂਟ ਵੱਲੋਂ ਅਤੇ ਤੁਸੀਂ ਕਿਸ ਮਹਿਕਮੇ ਦੇ ਹੋ? ਸਰ, ਅਸੀਂ ਕਰੋਨਾ ਵਾਇਰਸ ਦਾ ਸਰਵੇ ਕਰ ਰਹੇ ਹਾਂ ਸਿਵਲ ਹੋਸਪਿਟਲ ਵੱਲੋਂ, ਡੀਸੀ ਦੇ ਹੁਕਮਾਂ ਆਦੇਸ਼ ਅਨੁਸਾਰ। ਅਤੇ ਕਿਸ ਤਰ੍ਹਾਂ ਸਰਵੇ ਕਰਦੇ ਪਏ ਹੋ ਅਤੇ ਕੀ ਹਦਾਇਤ ਤੁਹਾਨੂੰ ਆਈ ਹੈ? ਸਰ, ਸਾਨੂੰ ਹਦਾਇਤ ਆਈ ਹੈ ਵੀ ਇਹਨਾਂ ਕੋਲੋਂ ਸਿਮਟਮ ਪੁੱਛਣੇ ਨੇ ਘਰ ਘਰ ਜਾ ਕੇ, ਕਿਸੇ ਨੂੰ ਬੁਖਾਰ ਖਾਂਸੀ ਜਾਂ ਜ਼ੁਕਾਮ ਵਗੈਰਾ ਕਈ ਦਿਨਾਂ ਤੋਂ ਹੈ, ਇਸ ਤਰ੍ਹਾਂ ਦਾ ਪੇਸ਼ੈਂਟ ਮਤਲਬ ਅਸੀਂ ਕੱਢ ਕੇ ਉਹਨਾਂ ਨੂੰ ਸਿਵਲ ਹੋਸਪਿਟਲ ਵਾਲਿਆਂ ਨੂੰ ਦੇ। ਕਿੰਨੇ ਜਣਿਆਂ ਦੀ ਤੁਹਾਡੀ ਟੀਮ ਇਸ ਟਾਈਮ ਸ਼ਹਿਰ ਦੇ ਸਰਵੇ ਕਰ ਰਹੀ ਹੈ? ਸਰ, 26 ਆਸ਼ਾ ਵਰਕਰਾਂ ਅਸੀਂ, ਠੀਕ ਹੈ, 26 ਦੇ 26 ਆਸ਼ਾ ਵਰਕਰ ਦੀ ਡਿਊਟੀ ਨਾਲ ਆਂਗਨਵਾੜੀ ਵਰਕਰ ਹੈ, ਜੋ ਵੀ ਕਿਸੇ ਮੁਹੱਲੇ ਦੇ ਵਿੱਚ ਜਿਵੇਂ ਹੈ, ਉਸ ਤਰ੍ਹਾਂ ਆਂਗਨਵਾੜੀ ਵਰਕਰ ਅਤੇ ਆਸ਼ਾ ਵਰਕਰ। ਤੁਹਾਡੇ ਨਾਲ ਆਂਗਨਵਾੜੀ ਵਰਕਰ ਘੁੰਮ? ਹਾਂਜੀ, ਮੇਰੇ ਨਾਲ 2 ਆਂਗਨਵਾੜੀ ਵਰਕਰ ਹੈਗੇ ਨੇ। ਠੀਕ, ਮੇਰਾ ਨਾਮ ਬੰਸ। ਕਿਹੜੇ ਡਿਪਾਰਟਮੈਂਟ ਤੁਸੀਂ? ਆਂਗਨਵਾੜੀ ਤੋਂ। ਅਤੇ ਕਿਸ ਤਰ੍ਹਾਂ ਸਰਵੇ ਕਰ ਰਹੇ ਹੋ ਤੁਸੀਂ ਅੱਜ? ਅਸੀਂ ਕੋਵਿਡ-19 ਦਾ ਸਰਵੇ ਕਰ ਰਹੇ ਹਾਂ ਅਤੇ ਅਸੀਂ DC ਦੇ ਹੁਕਮਾਂ ਅਨੁਸਾਰ ਚੱਲ ਰਹੇ ਹਾਂ ਅਤੇ ਅਸੀਂ ਹਰ ਘਰ ਘਰ ਜਾ ਕੇ ਅਸੀਂ ਆਪਦਾ ਸਰਵੇ ਪੂਰੀ ਤਸੱਲੀ ਨਾਲ ਕਰ ਰਹੇ ਹਾਂ ਅਤੇ ਸਾਡਾ ਇੱਕ ਦੂਜੇ ਨਾਲ ਸਹਿਯੋਗ ਬਣਿਆ ਹੋਇਆ ਅਤੇ ਅਸੀਂ ਆਪਦਾ ਵਧੀਆ ਤਰੀਕੇ ਨਾਲ ਕਰਾਂਗੇ। ਅਤੇ ਕਿੰਨੇ ਐਸਟਮ ਤੁਸੀਂ ਘਰ ਕਰ ਚੁੱਕੇ ਅੱਜ? ਅਸੀਂ 35 ਘਰ ਕਰ ਚੁੱਕੇ ਹਾਂ। ਕੋਈ ਇੱਦਾਂ ਦਾ ਕੋਈ ਸਿਮਟਮ ਆਇਆ ਕਿਸੇ ਨੂੰ? ਇਹ ਇੱਕ ਘਰ ਵਿੱਚ ਆਇਆ। ਕਿਹੜਾ ਘਰ ਹੈ ਉਹ? ਕਿਹੜੀ ਕਲੋਨੀ ਦਾ? ਉਹ ਆਏ ਨਵੀਂ ਆਬਾਦੀ, ਸੁਲਤਾਨਪੁਰਾ।